ਰਿਕੁਐਸਟ ਹੈ ਕਿ ਜਿਹੜੇ ਭਾਈਆਂ ਨੇ ਹਾਲੇ ਤੱਕ ਖਾਨ ਸਾਹਿਬ ਨੂੰ ਫਾਲੋ ਨਹੀਂ ਕੀਤਾ, ਉਹਨਾਂ ਨੂੰ ਫਾਲੋ ਕਰੋ ਪੇਜ ਨੂੰ, ਉਹਨਾਂ ਨੂੰ ਸ਼ੇਅਰ ਕਰੋ। ਇਹ ਬਹੁਤ ਅੱਛੀ ਅੱਛੀ ਵੀਡੀਓ ਬਣਾਉਂਦੇ ਨੇ, ਤੁਸੀਂ ਪ੍ਰਦੇਸ਼ 'ਚ ਬਹਿ ਕੇ ਵੀ ਇਹਨਾਂ ਦੀ ਵੀਡੀਓ ਵੇਚਦੇ ਹੋ, ਅਤੇ ਇਹ ਤੁਹਾਨੂੰ ਤੁਹਾਡੇ ਪਿੰਡਾਂ ਦਾ ਹੁਸਨ, ਹਰ ਚੀਜ਼ ਜਨਾਬ ਕਲਚਰ ਉਹਨਾਂ ਦੀ ਰਵਾਇਤ ਹਰ ਚੀਜ਼ ਤੁਹਾਨੂੰ ਦਿਖਾ ਰਹੇ ਨੇ, ਇਹਨਾਂ ਨੂੰ ਜਨਾਬ ਪ੍ਰਮੋਟ ਕਰੋ। ਇਹ ਸਾਡੀ ਰਿਕੁਐਸਟ ਹੈ ਅਤੇ ਜਿਹੜੇ ਸਾਡੇ ਜਾਣ ਵਾਲੇ ਨੇ ਉਹ ਵੀ ਇਹਨਾਂ ਨੂੰ ਫਾਲੋ ਕਰਨ, ਪਲਾਟਾਂ ਜ਼ਿਆਦਤੀ ਕਰਦੇ ਪਏ ਹੋ ਤੁਸੀਂ, ਮੇਲੇ ਦੇ ਵਿੱਚੋਂ ਨਹੀਂ ਡੰਗਰ ਪਾਤੇ ਨੇ। ਬਿਸਮਿਲ੍ਲਾਹ ਰਹਿਮਾਨ ਰਹੀਮ, ਅਸਲਾਮ ਅਲੈਕੁਮ ਨਾਜ਼ਰੀਨ, ਤੁਹਾਡਾ ਆਪਣਾ ਮੇਜ਼ਬਾਨ ਤਨਵੀਰ ਖਾਨ ਕਾਵਜ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਤੁਸੀਂ ਦੇਖ ਰਹੇ ਹੋ ਯੂਟਿਊਬ ਚੈਨਲ ਆਪਣਾ ਮੁੰਡੀ ਖੇਲ, ਅੱਜ ਅਸੀਂ ਆਇਜ਼ਾ ਖਾਨ, ਮਾਇਰਾ ਖਾਨ, ਉਮਰ ਖਾਨ ਨਾਲ ਅਤੇ ਅੰਸ ਖਾਨ ਨਾਲ ਆਪਣੇ ਜਾ ਰਹੇ ਹਾਂ ਜੀ ਮਨਸੂਬਾ ਪਲਾਟ ਦੇ ਲਾਗੇ ਨਬੀਪੁਰ ਦਰਬਾਰ 'ਤੇ ਉਰਸ ਮੁਬਾਰਕ ਲੱਗਾ ਵਾ, ਅਤੇ ਮੈਂ ਜ਼ਰਾ ਇਹਨਾਂ ਨੂੰ ਨਾ ਵਿਜ਼ਿਟ ਕਰਵਾ ਲਈਏ ਥੋੜ੍ਹਾ ਜਿਹਾ। ਅਸੀਂ ਬੈਠ ਗਏ ਜੀ, ਜਾ ਰਹੇ ਅਹਿਮਦ ਹੋਣੀ ਆ ਦੇਖਣ ਡੇ ਨੇ ਸਾਡੇ ਵਾਲੇ ਨਹੀਂ ਗਏ ਮੇਲੇ 'ਚ, ਆਹ ਬੈਠੇ ਤੇ ਜੀ ਹਵਾ ਬਹੁਤ ਤੇਜ਼ ਚੱਲਦੀ ਪਈ ਹੈ, ਮੌਸਮ ਚੇਂਜ ਹੋ ਗਿਆ, ਬੱਦਲ ਹੋ ਗਿਆ ਜੀ, ਦੋ ਚਾਰ ਦਿਨ ਤੋਂ ਸਾਡੇ ਇਲਾਕੇ 'ਚ ਬਾਰਿਸ਼ ਹੋ ਰਹੀ ਹੈ, ਕਣਕਾਂ ਦੀ ਕਟਾਈ ਵੀ ਜਿਹੜੀ ਹੈ ਨਾ ਰੁਕੀ ਹੋਈ ਹੈ। ਅਸੀਂ ਮਲੂਆ ਲੱਕੜੇ ਸਟਾਪ 'ਤੇ ਪਹੁੰਚੀਏ, ਮਨਜ਼ੂਰਪੁਰਾ ਪਲਾਟ ਤੋਂ ਦੋ ਚਾਰ ਏਕੜ ਪਹਿਲੇ ਸਟਾਪ ਆਉਂਦਾ, ਆਪਣੇ ਦੋਸਤਾਂ ਨੂੰ ਦੱਸਦੇ ਜਾਈਏ ਕਿ ਇਸ ਨਬੀਪੁਰ ਦਰਬਾਰ 'ਤੇ ਮੈਂ ਪਹਿਲੇ ਵੀ ਵੀਡੀਓ ਬਣਾ ਚੁੱਕਿਆ ਕਿ ਇਸ ਜਗ੍ਹਾ ਤੋਂ ਇਸ ਦਰਬਾਰ ਤੋਂ ਗੁਰਦਿਆਂ ਦੀ ਪੱਥਰੀ ਵਾਸਤੇ ਕੈਪਸੂਲ ਮਿਲਦੇ ਨੇ, ਜਿਹੜੇ ਕਿ ਮੇਰੀ ਪਹਿਲੀ ਵੀਡੀਓ ਵੀ ਬਹੁਤ ਜ਼ਿਆਦਾ ਵਾਇਰਲ ਹੋਈ, ਦੋਸਤ ਰਾਬਤਾ ਕਰਦੇ ਨੇ। ਜਨਾਬ ਉਹਨਾਂ ਨੂੰ ਇੱਕ ਦਫ਼ਾ ਫਿਰ ਐਡਰੈਸ ਸਮਝਾਉਂਦਾ ਜਾਂਦਾ ਕਿ ਇਹ ਸ਼ਕਰਗੜ੍ਹ ਨਾਰਵਲ ਰੋਡ 'ਤੇ ਅਸੀਂ ਖੜ੍ਹੇ ਹਾਂ ਇਸ ਟਾਈਮ, ਇਹ ਸ਼ਕਰਗੜ੍ਹ ਵਾਲੀ ਸਾਈਡ ਤੋਂ 22 ਕਿਲੋਮੀਟਰ ਔਰ ਨਾਰਵਲ ਵਾਲੀ ਸਾਈਡ ਤੋਂ ਅਗਰ ਆਓ ਤਾਂ 18 ਕਿਲੋਮੀਟਰ ਜਿਹੜਾ ਸਫ਼ਰ ਬਣਦਾ। ਮੱਲੂਆ ਲੱਕੜਾ ਸਟਾਪ ਇਹਦੇ ਸਾਹਮਣੇ ਹੈ, ਦੁਕਾਨਾਂ ਨੇ ਆਪਣੇ ਚੰਦ ਦੁਕਾਨਾਂ ਨੇ, ਇਹਦੇ ਸਾਹਮਣੇ ਸੋਲ ਲੱਗਾ ਤਾ ਜੀ, ਇਹ ਸੋਲ 'ਤੇ ਜਾ ਕੇ ਤੁਸੀਂ ਦਰਬਾਰ ਤੱਕ ਪਹੁੰਚ ਸਕਦੇ ਹੋ। ਅਤੇ ਚੱਲਦੇ ਹਾਂ ਅੱਜ ਦਰਬਾਰ, ਅਸੀਂ ਬੱਚਿਆਂ ਨੂੰ ਮੇਲੇ ਦਾ ਵਿਜ਼ਿਟ ਕਰਵਾਉਂਦੇ ਹਾਂ ਅਤੇ ਨਾਲੇ ਆਪਣੇ ਦੋਸਤਾਂ ਨੂੰ ਦੱਸਦੇ ਹਾਂ ਕਿ ਇਹ ਰੂੜ ਹੈ ਰਸਤਾ, ਅਤੇ ਮੁਜ਼ੰਮਲ ਭਾਈ ਆਪਣੇ ਲੱਕੜੇ ਵਾਲੇ ਵੀ ਜਾ ਰਹੇ ਨੇ ਬੱਚਿਆਂ ਨੂੰ ਲੈ ਕੇ, ਮੁਜ਼ੰਮਲ ਭਾਈ ਮੇਲੇ 'ਤੇ ਚਲੋ ਅਸੀਂ ਵੀ ਆ ਗਏ ਤੁਹਾਡੇ ਮਗਰ, ਆ ਕੇ ਪਹੁੰਚ ਗਏ ਬਹੁਤ ਜ਼ਿਆਦਾ ਜਿਹੜੇ ਲੋਕ ਆਪਣੇ ਆਉਂਦੇ ਨੇ ਵਿਜ਼ਿਟ ਕਰਦੇ ਨੇ, ਤੁਸੀਂ ਦੇਖਦੇ ਪਏ ਹੋ ਕਿ ਰਸ਼ ਬਹੁਤ ਜ਼ਿਆਦਾ ਜਿਹੜਾ ਨਾ, ਰਕਸ਼ੇ ਗੱਡੀਆਂ 'ਤੇ ਲੋਕ ਆ ਰਹੇ ਨੇ, ਸਾਡੇ ਵੀਰ ਵੀ ਪਹੁੰਚ ਗਏ ਨੇ ਸਾਡੇ ਪਿੰਡੋਂ, ਆਪਣੇ ਸਾਡੇ ਚਾਚੂ ਦਰੀਸ ਖਾਂ, ਸਰਫਰਾਜ਼ ਬਣੀਆਂ ਬੀਨ, ਇਹ ਸਾਡਾ ਸਾਹਿਬਜ਼ਾਦਾ ਸਰਫਰਾਜ਼ ਹੈ, ਮੈਨੂੰ ਭਾਅ ਜੀ ਮੇਲਾ ਵਿਜ਼ਿਟ ਕਰ ਲਿਆ, ਕਿਦੋਂ ਦੇ ਆਏ ਹੋ? ਅੱਛਾ ਆਏ ਹੋ, ਮੈਂ ਤਾਂ ਠੀਕ ਦਾ ਭਾਈ, ਮੈਂ ਯਾਰ 5 ਦਾ ਟਾਈਮ ਹੁੰਦਾ ਤਾਂ ਚੱਲ ਲੈਂਦਾ, ਬੱਦਲ ਹੀ ਹੋ ਗਿਆ ਨਾਲ ਹੀ, ਐਰਗਾਂ ਤਾਂ ਦੇਖਿਆ ਰੌਣਕ ਬਣ ਗਈ ਹੈ ਜ਼ਰਾ, ਕੈਸਾ ਲੱਗਾ ਚਾਚੂ ਮੇਲਾ ਫਿਰ? ਲੈ ਮੈਂ ਤੇਰਾ ਬੱਚਿਆਂ ਨੂੰ ਫਰਾ ਗਿਆ ਬਣਿਆ ਮੈਨੂੰ, ਇਸ ਸਾਈਡ 'ਤੇ ਮਜਮਾ ਲੱਗਾ ਤਾ ਜੀ ਕੋਈ, ਭਾਅ ਜੀ ਟੋਟਲ ਫਰਾਡ ਜੇ ਮੈਂ ਕੰਮ ਕਰਕੇ ਵੇਖਿਆ ਤਾ ਜੀ, ਕਰੋ ਕਰੋ ਤੁਸੀਂ ਆਪਣਾ ਕੰਮ ਜਨਾਬ, ਕਰੋ ਖੈਰ ਕਰੇ, ਕੋਈ ਗੱਲ ਨੀ, ਤੁਸੀਂ ਪਹਿਲੇ ਆਪਣਾ ਕਰ ਲਓ, ਮੇਰੀ ਖੈਰ ਹੈ ਜਨਾਬ, ਅਸੀਂ ਦਿਖਾਉਣ ਵਾਸਤੇ ਆਏ ਲੋਕਾਂ ਨੂੰ ਵੀ ਬਾਹਰ ਬੈਠ ਜ਼ਿੰਦਗੀ ਦੇਵੇ ਤੁਹਾਡੀ ਜਨਾਬ, ਇੱਕ ਮਿੰਟ ਤਰ੍ਹਾਂ ਹੁਣ ਮੇਰਾ ਕਮੈਂਟ ਦੀ ਆਇਆ, ਬੜੀ ਮਿਹਰਬਾਨੀ, ਬਾਹਰ ਬੈਠੇ ਦੇ ਵੀ ਲੋਕ ਦੇਖਣਾ ਚਾਹੁੰਦੇ ਨੇ, ਅਯਾਨ ਖਾਨ ਵੀ ਆ ਰਹਾ ਬੱਲੇ, ਅਯਾਨ ਖਾਨ ਸੁਣਾ, ਸ਼ਾਮਲੇਕਮ, ਕੀ ਹਾਲ ਆ ਸ਼ਾਮਲੋ, ਜਨੇਦ ਖਾਨ ਕਿੱਥੇ ਆ? ਜਨੇਦ ਖਾਨ ਜਨੇਦ ਖਾਨ ਘਰ ਆ? ਆਏ ਹੋਏ ਜਨੇਦ ਖਾਨ, ਤੋਤੇ ਦਾ ਮੁੰਡਾ ਤੂੰ ਹੈ,
ਮੇਲਾ ਵੇਖਿਆ, ਮਜ਼ਾ ਆਇਆ? ਹਾਂਜੀ, ਝੂਲਾ ਲਿਆ? ਲਓ ਜੀ, ਆਪਣੇ ਮਜਮੇ ਵਾਲਿਆਂ ਨੇ ਸਾਨੂੰ ਮਨਾ ਕਰ ਦਿੱਤਾ, ਕਹਿੰਦੇ ਯਾਰ ਸਾਡੀ ਰੋਜ਼ੀ ਦਾ ਮਸਲਾ, ਤਾਂ ਮਿਹਰਬਾਨੀ ਜ਼ਰਾ ਤੁਸੀਂ ਨਾ ਵਲਾਗ ਨਾ ਬਣਾਓ ਜ਼ਰਾ। ਮੈਂ ਚਲੋ ਜੀ ਠੀਕ ਹੈ, ਕਿਉਂਕਿ ਟੋਟਲ ਫਰਾਡ ਹੁੰਦਾ ਇਹ। ਬੱਚਿਆਂ ਨੂੰ ਲੈ ਕੇ ਅਸੀਂ ਵੀ ਜਾ ਰਹੇ ਸੀ, ਦਰਬਾਰ ਹੈ ਸਾਹਮਣੇ, ਦਰਬਾਰ ਹੈ, ਲੇਕਿਨ ਕਰੀਏ ਕੀ ਕਿ ਲੇਡੀਜ਼ ਬਹੁਤ ਜ਼ਿਆਦਾ ਆਉਂਦੀਆਂ ਨੇ, ਵੀਡੀਓ ਬਣਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ। ਔਰ ਦੇਖਦੇ ਹਾਂ ਕਿ ਦਰਬਾਰ ਜਾ ਕੇ ਵੀ ਅਸੀਂ ਵੀਡੀਓ ਬਣਾ ਸਕਦੇ ਹਾਂ ਕਿ ਨਹੀਂ ਅੰਸਖਾਂ। ਉਹ ਆਪਣੇ ਪਲਾਟਾਂ ਵਾਲੇ ਵੀਰ ਆ ਰਹੇ ਨੇ। ਸੁਣਾਓ ਵੀ ਬੇਟਾ, ਠੀਕ ਹੋ? ਹੋਰ ਕਿੱਦਾਂ ਦੇ ਆਏ ਦੋ ਸੁਬਾਹ ਦੇ? ਅੱਛਾ ਅੱਛਾ, ਅਸੀਂ ਵੀ ਆਏ ਜ਼ਰਾ ਵਿਜ਼ਿਟ ਕਰਕੇ ਅੰਦਰ ਹੋ ਕੇ ਨਾ। ਅਸੀਂ ਦਰਬਾਰ ਸ਼ਰੀਫ ਦੀ ਹਦੂਦ 'ਚ ਪਹੁੰਚ ਗਏ ਜਨਾਬ। ਇੱਥੇ ਹਲੇ ਇਲਾਕੇ 'ਚ ਦੋਸਤ ਜਿਹੜੇ ਆਏ ਨੇ ਉਹ ਵੀ ਪਹੁੰਚੇ ਦੇ ਨੇ। ਪਹਿਲੀ ਦਫ਼ਾ ਮੈਂ ਆਪਣੇ ਬਾਹਰ ਦੇ ਜਿਹੜੇ ਸਾਡੇ ਪ੍ਰਦੇਸੀ ਵੀਰ ਨੇ ਉਹਨਾਂ ਨੂੰ ਜ਼ਰਾ ਥੋੜ੍ਹਾ ਜਿਹਾ ਨਬੀਪੁਰ ਦਰਬਾਰ ਦਾ ਵੀ ਵਿਜ਼ਿਟ ਕਰਵਾਉਂਦੇ ਹਾਂ। ਲੇਡੀਜ਼ ਬਹੁਤ ਜ਼ਿਆਦਾ ਨੇ, ਕੀ ਕਰੀਏ ਯਾਰ, ਕਿਸ ਤਰ੍ਹਾਂ ਕਵਰੇਜ ਕਰੀਏ ਜ਼ਰਾ। ਦਰਬਾਰ ਅਤੇ ਇਸ ਸਾਈਡ 'ਤੇ ਜੀ, ਇਸ ਸਾਈਡ 'ਤੇ ਲੇਡੀਜ਼ ਬਹੁਤ ਜ਼ਿਆਦਾ ਆ ਰਹੀਆਂ ਨੇ। ਬਾਰ ਬਾਰ ਤੁਹਾਨੂੰ ਦੱਸਣ ਦਾ ਮਕਸਦ ਹੈ ਕਿ ਵੀਡੀਓ ਬਣਾਉਣਾ ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਂਦਾ। ਬਾਕੀ ਦਰਬਾਰ ਦੀ ਹਦੂਦ 'ਚ ਦਰਬਾਰ ਸ਼ਰੀਫ 'ਤੇ ਲਾਈਟਿੰਗ ਵਗੈਰਾ ਹੋਈ ਦੀ ਆ, ਲਾਈਟਿੰਗ ਚਾਲੂ ਹੋ ਗਈ ਆ। ਬਾਕੀ ਰਾਤ ਨੂੰ ਮੰਜ਼ਰ ਹੋਣਾ ਦੇਖਣ ਵਾਲਾ। ਆਪਣੇ ਇਲਾਕੇ ਦਾ ਜੀ ਮੁੰਡੀਖੇਲ ਦੇ ਨਾਲ ਹੀ ਕਹਿ ਲਓ ਕਿ 2-2.5 ਕਿਲੋਮੀਟਰ ਦੇ ਦਰਬਾਰ ਆ, ਅਤੇ ਆਪਣੇ ਦੋਸਤ ਅਹਿਬਾਬ ਵੀ ਆਏ ਨੇ, ਕੋਟਲਾ ਅਫਗਾਨਾ ਹੋ ਗਿਆ, ਮੁੰਡੀਖੇਲ ਪਲਾਟ ਤੋਂ ਸਾਰੇ ਵੀਰ ਆਏ ਨੇ। ਬੱਲੇ ਜੀ ਬੱਲੇ, ਕੀ ਹਾਲ ਆ ਵੀਰੋ, ਠੀਕ ਹੋ? ਸਭ ਖੈਰ ਖਰੀਦ? ਇਹ ਆਪਣੇ ਜੀ ਲੰਗਰ ਦਾ ਇਹਤਮਾਮ ਇਸ ਸਾਈਡ 'ਤੇ ਕੀਤਾ, ਦਰੀਆਂ ਦੁਰੀਆਂ ਵਿਛਾ ਕੇ ਨਾ ਇਸ ਸਾਈਡ 'ਤੇ ਲੰਗਰ ਦਾ ਇਹਤਮਾਮ ਹੁੰਦਾ। ਬਾਕੀ ਜੀ ਜੀ, ਅੱਛਾ ਅੱਛਾ ਅੱਛਾ, ਸਾਰੇ ਵੀਰ ਬੈਠੇ ਨੇ। ਇਹ ਸਾਹਮਣੇ ਦਰਬਾਰ ਸ਼ਰੀਫ ਆ। ਬਾਬਾ ਜੀ, ਕੀ ਹਾਲ ਆ ਤੁਹਾਡਾ? ਠੀਕ ਹੋ? ਹੋਰ ਸੁਣਾਓ, ਸਭ ਖੈਰ ਕਰੀਏ? ਉਹ ਕੀ ਹਾਲ ਆ, ਠੀਕ ਹੋ? ਸਭ ਖੈਰ ਕਰੀਏ? ਦਾ ਮੇਲਾ ਵੇਖਣ ਡਿਓ? ਉਰਸ 'ਤੇ ਆਇਓ? ਹੈਂ, ਮੈਨੂੰ ਫੋਨ ਆਇਆ ਸੀ, ਕਹਿੰਦੇ ਬੜੇ ਬੜੀ ਹੱਸੀਆਂ ਪਹੁੰਚੀ ਦੀਆਂ, ਉੱਥੇ ਮੈਂ ਜੀ ਪਹੁੰਚੀਆਂ ਹੋਣਗੀਆਂ। ਲੰਗਰ ਖਾ ਲਿਆ? ਚਲੋ ਸਹੀ, ਅੱਲਾ ਖੁਸ਼ ਰੱਖੇ ਤੁਹਾਨੂੰ। ਨਹੀਂ ਨਹੀਂ ਭਾਅ ਜੀ, ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਹੈ ਜੀ, ਅਸੀਂ ਵੰਡਣ ਵਾਲੇ ਜੋ। ਭਾਅ ਜੀ, ਤੁਸੀਂ ਕਦੋਂ ਦੇ ਇੱਧਰ ਹੈ, ਕਦੋਂ ਆਏ ਹੋ? ਅੱਛਾ 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 ਅੱਛਾ, ਭਾਅ ਜੀ ਦੋਸਤ ਇਸ ਤਰ੍ਹਾਂ ਇਕੱਠੇ ਹੋ ਗਏ ਨੇ ਕਿ ਜਿਸ ਤਰ੍ਹਾਂ ਨਾ ਪਹਿਲੀ ਦਫ਼ਾ ਦੇਖਿਆ ਇਹਨਾਂ ਨੇ। ਇਹ ਸਾਡੇ ਇਲਾਕੇ ਦੇ ਐਮ ਪੀ ਏ ਨੇ ਜੀ, ਅਤੇ ਐਮ ਪੀ ਏ ਸਾਹਿਬ ਪਠਾਨ ਐਮ ਪੀ ਏ ਨੇ ਥੋੜ੍ਹੇ ਜੀ ਜੀ। ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਸਲਾਮ ਅਲੈਕੁਮ ਵੀਰ ਜੀ, ਕੀ ਹਾਲ ਜੀ? ਠੀਕ ਠਾਕ ਜੀ, ਹੋਰ ਸੁਣਾਓ, ਸਭ ਖੈਰ? ਦਰਬਾਰ ਦੀ ਹਦੂਦ 'ਚ ਅੰਦਰ ਆਇਆ ਜੀ, ਲੇਕਿਨ ਅੰਦਰ ਲੇਡੀਜ਼ ਬਹੁਤ ਜ਼ਿਆਦਾ ਨੇ, ਬਾਹਰ ਸਾਡੇ ਦੋਸਤ ਜਿਹੜੇ ਨੇ ਦੁਆ ਕਰਦੇ ਬਣੇ। ਔਰ ਜਿਹੜੀ ਹੈ ਨਾ ਆਵਾਮ ਜਿਹੜੀ ਹੈ ਨਾ ਆ ਰਹੀ ਆ ਇਸ ਸਾਈਡ 'ਤੇ, ਜਿੱਧਰ ਤੰਬੂ ਵਗੈਰਾ ਲੱਗੇ ਨੇ, ਘਨਾਤਾਂ ਵਗੈਰਾ ਲੱਗੇ ਨੇ, ਇੱਧਰ ਲੇਡੀਜ਼ ਨੇ ਸਾਰੀਆਂ। ਬੱਚੇ ਆਪਣੇ ਝੂਲਾ ਲੈ ਰਹੇ ਨੇ, ਸਾਡੇ ਵੀਰ ਨੇ ਮਨਜ਼ੂਰਪੁਰਾ ਪਲਾਟ ਤੋਂ ਇਹਨਾਂ ਦਾ ਝੂਲਾ ਜਨਾਬ। ਸਾਡੇ ਇੱਧਰ ਆ ਵੀਰ ਨੇ, ਇਹ ਵੀ ਆਪਣੇ ਬੱਚਿਆਂ ਨੂੰ ਝੂਲੇ ਲੈ ਕੇ ਦੇ ਰਹੇ ਨੇ। ਹੋਰ ਸੁਣਾਓ ਵੀਰੋ, ਠੱਪੀ ਠੱਪੀ ਜਨਾਬ, ਬਹੁਤ ਰਸ਼ ਹੈ ਮੌਸਮ ਤਾਂ ਮੈਂ ਕਹਿੰਦਾ ਭਾਅ ਜੀ, ਅੱਜ ਬੜਾ ਆਊਟ ਕਲਾਸ ਆ। ਹਾਂ, ਇਹ ਸ਼ਹਿਰੀ ਬਾਬੂਆਂ ਵਾਸਤੇ ਆਊਟ ਕਲਾਸ ਹੈ, ਅਤੇ ਜ਼ਿਮੀਂਦਾਰਾਂ ਵਾਸਤੇ ਜਾਨ ਖਿੱਚਦਾ ਪਿਆ ਜੀ ਜੀ। ਆਪਣਾ ਵੀਦਾ ਭਾਈ ਵੀ ਆ ਗਿਆ ਜੀ, ਵੀਦੇ ਹੋਰ ਸੁਣਾ, ਬੜੀ ਗੱਲ ਆ ਜਨਾਬ, ਹੋਰ ਸਭ ਖੈਰ ਕਰੀ? ਓਏ ਵੀਦਾ, ਗਾਣਾ ਸੁਣਾਏਗਾ ਹੁਣ, ਮੇਲਾ ਰਸ਼ ਪਿਆ ਵਾ।
ਹਾਂ ਬਹੁਤ ਮਿਹਰਬਾਨੀ ਵੀ ਦੇ ਤੇ ਸਾਡੇ ਸਹੇਲ ਭਾਈ ਨੇ, ਇਹਨਾਂ ਨੇ ਵੀ ਪਾਣੀ ਪੂਣੀ ਲਗਾ ਵਾ ਭਾਅ ਜੀ, ਔਰ ਇਸ ਸਾਈਡ ਤੇ ਬਿਲਾਲ ਇਹਨੇ ਲਾਏ ਦੇ ਨੇ ਆਪਣੇ ਗੋਲ ਗੱਪੇ, ਇੱਧਰ ਆਪਣੇ ਫਰੂਟ ਚਾਟ ਰਸ਼ੀਅਨ ਸਾਟ ਆਪਣੇ ਦੇ ਯਾਰ ਬਿਲਾਲ, ਬੱਚਿਆਂ ਨੂੰ ਦੇ ਯਾਰ ਆਪਣੇ ਅਨਸੁਮਰ ਮਾਇਰਾ ਐਸਾ ਕਹਿੰਦੇ ਨੇ ਜੀ, ਅਸੀਂ ਗੋਲ ਗੱਪੇ ਖਾਣੇ ਨੇ ਅਤੇ ਬਿਲਾਲ ਨੂੰ ਮੈਂ ਕਿਹਾ ਮੈਂ ਇਹਨਾਂ ਚਾਰਾਂ ਨੂੰ ਦੇ ਗੋਲ ਗੱਪੇ ਯਾਰ, ਆਪਣੇ ਬੱਚਿਆਂ ਨੂੰ ਗੋਲ ਗੱਪੇ ਲੈ ਤੇ ਨੇ, ਖਾਓ ਬੇਟਾ ਖਾਓ ਖਾਓ ਆਪਣੇ ਆਪਣੇ ਖਾਓ ਜਨਾਬ ਤੁਹਾਡੀ, ਮੈਂ ਹਾਂ ਅਨਸੁਮਰ ਐਸਾ ਮਾਇਰਾ ਨਾਲ ਕਹਿਣ ਕੇ ਭਾਅ ਜੀ ਮੇਲੇ 'ਚ ਪਾਪਾ ਨੇ ਖਿਲਾਇਆ ਕੁਛ ਨਹੀਂ ਹੈ ਆਇਜ਼ਾ ਆਏ ਅਨਸਕਾ ਸਹੀ ਆ। ਬਿਲਾਲ ਭਾਈ ਬਹੁਤ ਅੱਛੇ ਜਿਹੜੇ ਨਾ ਗੋਲ ਗੱਪੇ ਲਾਏ ਦੇ ਨੇ ਇਹਨਾਂ ਨੇ, ਅਤੇ ਬਿਲਾਲ ਭਾਈ ਦੇ ਲਾ ਕੇ ਹੀ ਸਾਨੂੰ ਮਨਜ਼ੂਰਪੁਰਾ ਪਲਾਟ ਤੋਂ ਸਾਡੇ ਵੀਰ ਨੇ ਆਸਮ ਭਾਈ ਇਹ ਵੀ ਮਿਲ ਪੈਣੇ, ਇਹ ਵੀ ਗੋਲ ਗੱਪੇ ਖਾਣ ਆਏ ਨੇ, ਵਾਹ ਜੀ ਵਾਹ ਹੈ। ਗੋਲ ਗੱਪੇ ਖਾਣ ਲੱਗੇ ਹੋ? ਹਾਂਜੀ ਖਾਣ ਜੀ, ਹੋਰ ਕੀ ਕਰੀਏ, ਬੜਾ ਦਿਲ ਕਰ ਰਿਹਾ, ਦੁਨੀਆ ਵਿਹਲੀ ਆ, ਤੁਸੀਂ ਗੋਲ ਗੱਪੇ ਖਾਣ ਦੇ, ਗੋਲ ਗੱਪੇ ਹੈ ਕੁਛ ਨਾ ਕੁਛ ਤਾਂ ਕਰਨਾ ਹੀ ਪੈਂਦਾ ਭਾਈ। ਨਹੀਂ ਵੈਸੇ ਵੀ ਬਿਲਾਲ ਦੇ ਨਾ ਗੋਲ ਗੱਪੇ ਭਾਈ ਦੁਨੀਆ ਮੇਲੇ 'ਚ ਖਾਣ ਦੀ ਹੈ, ਤੁਹਾਨੂੰ ਪਤਾ ਇਸ ਮੇਲੇ ਦੇ ਲੇਡੀਜ਼ ਬਹੁਤ ਜ਼ਿਆਦਾ ਆਉਂਦੀਆਂ ਨੇ, ਅਤੇ ਭਾਅ ਜੀ ਸਾਰੀਆਂ ਲੇਡੀਜ਼ ਗੋਲ ਗੱਪੇ ਖਾ ਰਹੀਆਂ ਨੇ ਇਹਨਾਂ ਕੋਲੋਂ, ਗੋਲ ਗੱਪੇ ਬੜੇ ਚੱਲਦੇ ਪਏ ਨੇ ਇਹਨਾਂ ਦੇ। ਭਾਅ ਜੀ ਮਨਜ਼ੂਰਪੁਰਾ ਪਲਾਟ ਵਾਲਾ ਦੀ ਇਹ ਦੇਖੋ ਬਦਮਾਸ਼ੀ ਹੈ, ਮੇਲੇ ਦੇ ਵਿੱਚੋਂ ਡੰਗਰ ਪਾਤੇ ਨੇ ਯਾਰ, ਚੰਗੇ ਬੰਦੇ ਹੋ ਤੁਸੀਂ, ਮੇਲਾ ਖਰਾਬ ਕਰੇ ਨੇ ਭਾਈ ਅਸਲਮ, ਦੇਖ ਲਾ ਯਾਰ ਇੰਨੀ ਦੂਰੋਂ ਦੁਨੀਆ ਆਈ ਦੀ ਆ, ਪਲਾਟਾਂ ਵਾਲੇ ਜ਼ਿਆਦਾ ਕਰਦੇ ਪਏ ਹੋ ਤੁਸੀਂ, ਮੇਲੇ ਦੇ ਵਿੱਚੋਂ ਦੀ ਡੰਗਰ ਪਾਤੇ ਨੇ, ਪਰ ਤੇਰੀ ਮਿਹਰਬਾਨੀ ਕੋਈ ਹੋਰ ਰਾਹ ਪਾ ਲੈਣਾ ਸੀ ਅੱਜ। ਆਹ ਦੇਖ ਲਓ ਭਾਈ ਗਈਆਂ ਕੁਰਸੀਆਂ, ਸਹੇਲੇ ਦੀਆਂ ਕੁਰਸੀਆਂ ਗਈਆਂ। ਇਹ ਭਾਅ ਜੀ ਮਨਜ਼ੂਰਪੁਰਾ ਪਲਾਟ ਦੇ ਆਪਣੇ ਜਿਹੜੇ ਮੁਕਾਮੀ ਜ਼ਿਮੀਂਦਾਰ ਨੇ ਭਰਾ ਜੀ, ਉਹਨਾਂ ਨੇ ਡੰਗਰ ਪਾਤੇ ਦੇ ਵਿੱਚੋਂ ਦੀ। ਭਾਈ ਅਸਲਮ ਤੁਸੀਂ ਤਾਂ ਮੁਕਾਮੀ ਆ, ਸਮਝਾਇਆ ਕਰੋ ਲੋਕਾਂ ਨੂੰ ਯਾਰ, ਮੇਲਾ ਖਰਾਬ ਹੋ ਜਾਂਦਾ। ਬਸ ਮੇਲਾ ਖਰਾਬ ਹੁੰਦਾ, ਉਹਨਾਂ ਨੂੰ ਆਪਣੇ ਕੰਮ ਨਾਲ ਹਰ ਇੱਕ ਨੂੰ ਗਰਜ਼ ਹੁੰਦੀ ਆ। ਹਾਂਜੀ ਹਾਂਜੀ ਗੱਲ ਤੇ ਆਪੇ, ਉਹਨਾਂ ਡੰਗਰ ਸਾਰੇ ਨੰਗਾਤੇ ਨੇ ਮੇਲੇ ਦੇ ਵਿੱਚੋਂ ਯਾਰ, ਸਾਰੀਆਂ ਦੁਕਾਨਾਂ ਲੋਕਾਂ ਨਾਲ ਬੱਚੇ ਆਏ ਨੇ ਪੀਸੀਆਂ ਦੇ। ਅੱਛਾ ਜੀ ਇਹ ਤੁਹਾਡਾ ਮੋਟਾ, ਠੀਕ ਹੈ ਜੀ, ਚੋਲ ਬੜੇ ਖਾਂਦਾ। ਬੱਚੇ ਕਹਿ ਰਹੇ ਨੇ ਕਿ ਜੰਪ ਲੈਣਾ, ਤੇ ਸਾਡੇ ਆਪਣੇ ਹਮਸਾਈ ਨੇ ਸਾਡੇ ਭਾਈ ਅਸਲਮ ਉਹਨਾਂ ਦੇ ਝੂਲੇ ਲੱਗੇ ਤੇ ਕਹਿੰਦੇ ਨੇ ਜੰਪ ਵੀ ਲੈਣੇ, ਲੈ ਲਓ ਜੀ। ਓਏ ਧਿਆਨ ਨਾਲ ਬੇਟਾ, ਧਿਆਨ ਨਾਲ, ਆਰਾਮ ਨਾਲ ਆਇਦਾ, ਆਰਾਮ ਨਾਲ, ਆਰਾਮ ਨਾਲ, ਚਲੋ ਚੜ ਜਾਓ, ਚੜ ਜਾਓ, ਚੜ ਜਾਓ ਮੇਰਾ ਬੇਟਾ, ਚੱਲ ਚੜ ਜਾਓ, ਚੜ ਜਾਓ, ਚੜ ਜਾਓ, ਚੜ ਜਾਓ, ਆਪਾਂ ਆਉਣ ਡੈ ਪਈਏ ਫਿਰ ਜਾਣਾ ਜਲਦੀ ਨਾਲ। ਓ ਭਾਈ ਕੋਈ ਦੋਸਤ ਹੁੰਦੇ ਨੇ ਜਿਹੜੇ ਲੋਕੇ ਖਾਂਦੇ ਨੇ ਯਾਰਾਂ ਦੋਸਤਾਂ ਕੋਲੋਂ, ਇਹ ਦੇਖੋ ਹੈ ਥੱਲੇ ਵੜ ਕੇ ਨਾ ਲੋਕੇ ਖਾਂਦੇ ਨੇ, ਆਹੋ ਵੀ ਕੋਈ ਟੱਕਰ ਨਾ ਜਾਏ ਕਿਸੇ ਨੂੰ, ਸੁਲਾ ਨਾ ਮਾਰਨੀ ਪਾਜੇ ਹੈ। ਕੀ ਹਾਲ ਆ ਥੱਲੇ, ਕੀ ਹਾਲ ਆ ਵੀਰੇ, ਹੋਰ ਸੁਣਾਓ ਸਭ ਖੈਰ ਕਰੀਏ, ਤਾਂ ਵਿਆਹਾਂ ਤੋਂ ਜਾਣ ਛੁੱਟੀ ਆ ਕਿ ਨਹੀਂ? ਅੱਛਾ ਵੀਰ ਵੀ ਮਿਲ ਪੈ, ਕੀ ਹਾਲ ਆ ਭਾਅ ਜੀ, ਠੀਕ ਠਾਕ ਜੀ, ਹੋਰ ਸੁਣਾਓ ਸਭ ਖੈਰ ਕਰੀਏ, ਤਾਂ ਸਲਾਮ ਅਲੈਕਮ ਵੀਰ ਜੀ, ਹੋਰ ਸੁਣਾਓ ਵੀਰ ਜੀ। ਮੈਂ ਤਾਂ ਸੱਚੀ ਗੱਲ ਆ ਮੇਲੇ 'ਚ ਪਹਿਲੀ ਦਫ਼ਾ ਆਇਆ ਇਸ ਆਪਣੇ ਲਾ ਕੇ, ਤੁਸੀਂ ਪਹਿਲੇ ਵੀ ਆਉਂਦੇ ਰਹੇ ਹੋ ਕਿ ਨਹੀਂ ਕਦੇ? ਹਾਂ ਸਾਹਿਬ, ਪਹਿਲੀ ਗੱਲ ਤਾਂ ਤੂੰ ਇਹਨੂੰ ਮੇਲਾ ਨਹੀਂ ਕਹਿਣਾ, ਉਰਸ ਮੁਬਾਰਕ, ਇਹਨੂੰ ਕਹਿਣਾ ਉਰਸ ਮੁਬਾਰਕ। ਹਾਂ ਉਰਸ ਮੁਬਾਰਕ ਹੈ ਭਾਈ, ਹਰ ਸਾਲ ਆਉਂਦੇ ਜੀ ਜੀ, ਭਾਵੇਂ 5 ਮਿੰਟ ਆਈਏ ਭਾਵੇਂ 10 ਮਿੰਟ ਆਈਏ ਜੀ ਜੀ, ਦੁਆ ਕਰਕੇ ਜ਼ਰੂਰ ਜਾਈਦਾ ਜੀ ਜੀ। ਅਸੀਂ ਚੱਲੇ ਜੀ, ਅਸੀਂ ਤੁਹਾਡੇ ਵੱਲ ਵੇਖਿਆ, ਬੜੀ ਮਿਹਰਬਾਨੀ ਜਨਾਬ, ਭਾਈ ਸਾਡੇ ਖੜੇ ਨੇ ਤੇ ਉਹਨਾਂ ਨੂੰ ਇੰਟਰਵਿਊ ਦੇ ਕੇ ਜਾਣਾ, ਬਹੁਤ ਮਿਹਰਬਾਨੀ ਜਨਾਬ,
ਲੇਕਿਨ ਮੈਂ ਦੇਖਿਆ ਯਾਰ ਕਿ ਬਹੁਤ ਜ਼ਿਆਦਾ ਨਾ ਲੇਡੀਜ਼ ਬਹੁਤ ਜ਼ਿਆਦਾ ਆਉਂਦੀਆਂ ਨੇ ਅਤੇ ਬੜਾ ਮੈਨੂੰ ਬਚ ਬਚਾ ਕੇ ਵਲੋਗ ਬਣਾਉਣਾ ਪੈਂਦਾ। ਹਾਂ ਸਾਹਿਬ ਇਹ ਤਾਂ ਸਾਰੀ ਗੱਲ ਆ, ਲੱਖਾਂ ਬੰਦਿਆਂ ਨੇ ਤੁਹਾਡਾ ਵੀਡੀਓ ਦੇਖਣੀ ਹੁੰਦੀ ਆ। ਜੀ ਜੀ ਇਹ ਤਾਂ ਫਿਰ ਤੁਹਾਨੂੰ ਚਾਹੀਦਾ, ਗੱਲ ਤਾਂ ਠੀਕ ਆ ਤੁਹਾਡੀ ਵੀ ਲੇਡੀ ਵਿੱਚ ਆਉਂਦੀਆਂ। ਚਲੋ ਤੁਸੀਂ ਹੁਣ ਆਏ ਤੇ ਕਮ ਅਜ਼ ਕਮ ਤੇਲ ਬਣੇ ਨਾ ਤੇਲ। ਜੀ ਜੀ ਨਹੀਂ ਬਚ ਬਚਾ ਕੇ ਬਣਾਈ ਦਾ ਵੀਡੀਓ ਮਸਾਲਾ ਕੇ ਆਪਣੇ ਜੀ ਬਾਕੀ ਭਾਸ਼ੀ ਜ਼ਿਮੀਦਾਰਾਂ ਵਾਸਤੇ ਵੀ ਕੋਈ ਦੁਆ ਕਰਕੇ ਜਾਇਓ, ਬੱਦਲ ਹੋਣ ਡਿਆ ਪਿਆ। ਹਾਂਜੀ ਹਾਂਜੀ ਭਾਈ ਅਸਲਮ, ਮੈਂ ਕਿਹਾ ਵੀ ਜ਼ਿਮੀਦਾਰਾਂ ਵਾਸਤੇ ਵੀ ਦੁਆ ਮੰਗਣੀ ਚਾਹੀਦੀ ਆ, ਬੱਦਲ ਹੋਣ ਡਿਆ ਪਿਆ। ਜੀ ਜੀ ਰਿਕੁਐਸਟ ਹੈ ਕਿ ਜਿਹੜੇ ਭਾਈਆਂ ਨੇ ਹਾਲੇ ਤੱਕ ਖਾਨ ਸਾਹਿਬ ਨੂੰ ਫਾਲੋ ਨਹੀਂ ਕੀਤਾ, ਉਹਨਾਂ ਨੂੰ ਫਾਲੋ ਕਰੋ ਪੇਜ ਨੂੰ, ਉਹਨਾਂ ਨੂੰ ਸ਼ੇਅਰ ਕਰੋ। ਇਹ ਬਹੁਤ ਅੱਛਾ ਜੀ ਵੀਡੀਓ ਬਣਾਉਂਦੇ ਨੇ, ਤੁਸੀਂ ਪ੍ਰਦੇਸ਼ 'ਚ ਬਹਿ ਕੇ ਵੀ ਇਹਨਾਂ ਦੀ ਵੀਡੀਓ ਵੇਚਦੇ ਹੋ ਅਤੇ ਇਹ ਤੁਹਾਨੂੰ ਤੁਹਾਡੇ ਪਿੰਡਾਂ ਦਾ ਹੁਸਨ, ਹਰ ਚੀਜ਼ ਜਨਾਬ ਕਲਚਰ ਉਹਨਾਂ ਦੀ ਰਵਾਇਤ ਹਰ ਚੀਜ਼ ਤੁਹਾਨੂੰ ਦਿਖਾ ਰਹੇ ਨੇ, ਇਹਨਾਂ ਨੂੰ ਜਨਾਬ ਪ੍ਰਮੋਟ ਕਰੋ, ਇਹ ਸਾਡੀ ਰਿਕੁਐਸਟ ਹੈ। ਅਤੇ ਜਿਹੜੇ ਸਾਡੇ ਜਾਣ ਵਾਲੇ ਨੇ ਉਹ ਵੀ ਇਹਨਾਂ ਨੂੰ ਫਾਲੋ ਕਰਨ, ਮਿਹਰਬਾਨੀ ਮਿਹਰਬਾਨੀ ਜਨਾਬ, ਲਵ ਯੂ ਹੋ ਗਿਆ ਜਨਾਬ, ਅੱਲਾ ਤਾਲਾ ਸਲਾਮਤ ਰੱਖੇ। ਮਿਹਰਬਾਨੀ ਸ਼ਾਮ ਦਾ ਟਾਈਮ ਹੋ ਗਿਆ, ਲਾਈਟਾਂ ਚੱਲ ਗਈਆਂ ਨੇ, ਲਾਈਟਾਂ ਚੱਲਣਾ ਦੇਖੋ ਕਿੱਡਾ ਪਿਆਰਾ ਮਾਹੌਲ ਬਣ ਗਿਆ। ਵਾਹ ਜੀ ਵਾਹ, ਕੀ ਹਾਲ ਆ ਵੀਰੋ, ਠੀਕ ਹੋ, ਹੋਰ ਸੁਣਾਓ ਸਭ ਖੈਰ ਕਰੀਏ, ਸ਼ੁਕਰ ਅੱਲਾ ਦਾ ਕਰਮ ਜਨਾਬ, ਇੰਜੋਏ ਕਰੋ ਭਾਅ ਜੀ ਠੰਡਾ ਮੌਸਮ। ਕਾਹਦਾ ਲੈਣਾ ਇੰਟਰਵਿਊ ਭਾਅ ਜੀ? ਅੱਛਾ ਜੀ, ਕਿੱਥੋਂ ਆ ਗਏ ਹੋ ਮੇਲਾ ਵੇਖਣ? ਕੀ ਹਾਲ ਆ ਭਾਅ ਜੀ? ਠੀਕ ਠਾਕ ਜੀ, ਚੀਚਾ ਵਦਨੀ ਤੋਂ? ਵਾਹ ਜੀ ਵਾਹ, ਇਹ ਅੱਜ ਕੱਲ੍ਹ ਚੀਚਾ ਵਦਨੀ ਦੇ ਲੋਕ ਬੜੇ ਇੱਧਰ ਨੂੰ ਆਉਂਦੇ ਨੀ ਛਕੇ ਕਰਨ ਨੂੰ। ਅੱਛਾ ਅੱਛਾ ਜੀ, ਸਹੀ ਹੋ ਭਾਅ ਜੀ, ਕਹਿੰਦੇ ਕਟਾਈ ਕਰਨੀ ਹੋਏ ਤਾਂ ਵੀਰ ਨਾਲ ਰਾਬਤਾ ਕਰਿਓ। ਹੋਰ ਸੁਣਾਓ ਵੀਰ ਜੀ, ਠੀਕ ਠਾਕ ਜੀ, ਹੋਰ ਸਭ ਘਰ? ਸੁਬਾਹ ਵੀ ਇਨਸ਼ਾਅੱਲਾ ਤਾਲਾ ਤੁਹਾਨੂੰ ਜ਼ਫਰਵਾਲ ਕਬੱਡੀ ਦਿਖਾਵਾਂਗੇ ਇਨਸ਼ਾਅੱਲਾ। ਹੋਰ ਸੁਣਾਓ ਸਭ ਘਰ ਕਰੀਏ ਤਾਂ? ਬੜੀ ਮਿਹਰਬਾਨੀ ਜਨਾਬ, ਇੰਜੋਏ ਕਰੋ, ਬਹੁਤ ਮਿਹਰਬਾਨੀ। ਹਾਂ ਰਾਜਾ, ਕਿ ਕੰਮ ਸ਼ੰਮ ਠੀਕ ਹੈ? ਵੀਰ ਨੇ ਖਾਨ ਸਾਹਿਬ ਨੇ ਸਾਰੇ ਜੀ ਆਪਣੇ ਖਾਨ ਸਾਹਿਬਾਂ ਦਾ ਟੋਲਾ ਮਾਸ਼ਾਅੱਲਾ, ਸਾਰੇ ਵੀਰ ਜਲੇਬੀਆਂ ਖਾ ਰਹੇ ਨੇ। ਅਰਫਾਨ ਭਾਈ ਇਹ ਕੀ ਖਾ ਲਓ? ਹਾਂ ਆਹ ਦੇਖ ਲਓ, ਖਾਨ ਸਾਹਿਬ ਹੋਣੀ ਕਿੰਨੇ ਸੁਲਝੇ ਹੋਏ ਤਰੀਕੇ ਨਾਲ ਖਾ ਰਹੇ ਨੇ, ਤੁਸੀਂ ਚਾਰ ਚਾਰ ਦੋ ਦੋ ਇਕੱਠੀਆਂ ਹੀ ਜੋੜੀਦੀਆਂ ਨੇ। ਸਾਡੇ ਗੋਲਨਵਾਸ ਭਾਈ ਨੇ ਜੀ, ਸਾਡੇ ਆਪਣੇ ਹਵਾਲਦਾਰ ਲਾਗੇ ਅਜ਼ਹਰ ਭਾਈ, ਇਹ ਵੀ ਹਵਾਲਦਾਰ ਹੈ ਸਾਡੇ, ਸੂਬੇਦਾਰ ਸਾਹਿਬ ਨਸੀਰ ਸਾਹਿਬ, ਅਜ਼ਹਰ ਭਾਈ, ਇਹ ਸਾਡੇ ਅਮੀਨ ਖਾਨ ਸਾਹਿਬ ਲੰਬੜ, ਮੌਜਾਂ ਇੰਜੋਏ ਹੈ ਗੋਲਨਵਾਸ, ਉਰਸ ਫਿਰ ਇੰਜੋਏ ਕਰ ਰਹੇ ਹੋ, ਹੈ ਫੁੱਲ ਇੰਜੋਏ। ਜੀ ਜੀ ਮੇਰਾ ਕਹਿੰਦਾ, ਮੇਰਾ ਖਿਆਲ ਆ ਕੇ ਸਾਡੇ ਜ਼ਿਲ੍ਹੇ 'ਚ ਪਹਿਲੇ ਬਜ਼ੁਰਗ ਨੇ ਜਿਹੜੇ ਪਠਾਨ ਨੇ। ਹਾਂਜੀ, ਔਰ ਪਹਿਲਾ ਹੀ ਮੇਲਾ ਇਹਨਾਂ ਦਾ ਸ਼ੁਰੂ ਹੁੰਦਾ ਹੈ। ਜੀ ਜੀ, ਔਰ ਕਿਸੇ ਦਾ ਸ਼ੁਰੂ ਨਹੀਂ ਅਜੇ ਤੱਕ ਹੋਇਆ? ਨਹੀਂ ਨਹੀਂ, ਮੈਂ ਦੱਸਿਆ ਜੀ, ਮੈਂ ਜੀ ਸ਼ੁਰੂ ਹੋ ਗਿਆ ਮੇਲੇ ਅੱਜ ਤੋਂ ਬਾਅਦ, ਇਹ ਬਰਾਲੇ ਉਰਸ ਮੁਬਾਰਕ ਆ, ਮੇਲੇ 'ਚ ਅਤੇ ਉਰਸ 'ਚ ਫਰਕ ਹੁੰਦਾ। ਇਹ ਸਾਡੇ ਜੀ ਬਜ਼ੁਰਗ ਨੇ ਸ਼ਾਹ ਨਵਾਜ਼ ਖਾਨ ਸਾਹਿਬ, ਉਹਨਾਂ ਦਾ ਉਰਸ ਮੁਬਾਰਕ ਆ 30 ਅਪ੍ਰੈਲ ਅੱਜ, ਤੁਸੀਂ ਦੇਖ ਰਹੇ ਹੋ। ਇਰਫਾਨ ਭਾਈ ਲਵ ਯੂ ਹੋ ਗਿਆ, ਫਿਰ ਇੰਜੋਏ ਕਰੋ ਤੁਸੀਂ ਅਜ਼ਹਰ ਭਾਈ, ਬੜੀ ਮਿਹਰਬਾਨੀ ਜਨਾਬ। ਹੋਰ ਭਾਅ ਜੀ ਸੁਣਾਓ, ਤੁਸੀਂ ਸਭ ਘਰ ਕਰੀਏ ਦਾ ਕੰਮ ਸ਼ੰਮ ਠੀਕ ਹੈ ਅੱਲਾ ਕਰੇ? ਆਹ ਦੇਖੋ ਜੀ, ਬਲਬ ਸ਼ਾਲਾ ਬਾਲ ਲੋ ਰਾਜ਼ਕ, ਤੁਸੀਂ ਵੀ
ਬਲਾ ਬਾਲ ਲਓ, ਬਲਾ ਬਾਲ ਲਓ, ਉੱਧਰ ਦੇਖੋ ਲੋਕਾਂ ਨੇ ਬਲਾ ਬਾਲੇ ਦੇ, ਕਰੋ ਰੋਸ਼ਨੀ ਰੋਸ਼ਨੀ ਜ਼ਰਾ। ਅੱਛਾ ਜੀ ਨਾਜ਼ਰੀਨ, ਅੱਜ ਤੁਹਾਨੂੰ ਨਵੀਂਪੁਰ ਦਾ ਦਰਬਾਰ ਦਿਖਾਇਆ ਆਪਣੇ, ਤੁਹਾਨੂੰ ਉਰਸ ਮੁਬਾਰਕ ਸਾਰਾ ਵਿਜ਼ਿਟ ਕਰਵਾਇਆ, ਬਾਕੀ ਬੱਚਿਆਂ ਨਾਲ ਬਹੁਤ ਇੰਜੋਏ ਕੀਤਾ, ਸਭ ਹੀ ਅੰਸ਼ ਉਮਰ ਮਾਇਰਾ ਆਇਜ਼ਾ ਨੇ ਫੁੱਲ ਇੰਜੋਏ ਕੀਤਾ, ਪਕੌੜੇ ਸਮੋਸੇ ਖਾ ਰਹੇ ਨੇ। ਆਇਜ਼ਾ ਬੇਟਾ ਇੱਧਰ ਆਓ, ਇਹ ਆਪਣੇ ਇਹਨਾਂ ਨੇ ਖਿਡੌਣੇ ਵੀ ਲੈ ਲੈਣੇ, ਅਤੇ ਜਨਾਬ ਪਿੱਛੇ ਸਾਡੇ ਨਾ ਵੀਰ ਖੜੇ ਆ ਸਾਰੇ ਹੀ, ਅਤੇ ਆਪਣੇ ਵੀਰਾਂ ਨਾਲ ਆਪਣੇ ਤਨਵੀਰ ਖਾਨ ਕਾਬਸ਼ ਨੂੰ ਦਿਓ ਇਜਾਜ਼ਤ, ਲਾਵੀ ਹੋ ਗਿਆ, ਓਕੇ ਅੱਲਾ ਹਾਫੀਜ਼।